ਪ੍ਰਾਈਮ ਸ਼ਾ ਟੀਵੀ ਦੇ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਵਿੱਚ ਆਪ ਸਭ ਦਾ ਸਵਾਗਤ ਹੈ ਅੱਜ ਦੀਆਂ ਜਿਹੜੀਆਂ ਖਬਰਾਂ ਨੇ ਉਹਨਾਂ ਤੇ ਚਰਚਾ ਲਈ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਪੰਨੂ ਸਾਹਿਬ ਬਹੁਤ ਬਹੁਤ ਜੀ ਸ਼ੁਕਰੀਆ ਪੰਨੂ ਸਾਹਿਬ ਕੱਲ੍ਹ ਗੱਲ ਕੀਤੀ ਸੀ ਯੂਕੇ ਦੇ ਪ੍ਰਧਾਨ ਮੰਤਰੀ ਨੇ ਆਪਣਾ ਦੌਰਾ ਰੱਦ ਕਰ ਦਿੱਤਾ ਕਰੋਨਾ ਵਾਇਰਸ ਤੇ ਕਰਕੇ ਅੱਜ ਖਬਰ ਆ ਰਹੀਆਂ ਕਿ ਭਾਰਤ ਤੋਂ ਬ੍ਰਿਟਨ ਜਾਣ ਵਾਲੇ ਜਿਹੜੇ ਨਾਗਰਿਕਾ ਉਹਨਾਂ ਦੇ ਉੱਪਰ ਵੀ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਫਲਾਈਟਾਂ ਬੰਦ ਕਰ ਦਿੱਤੀਆਂ ਕੀ ਕਹਿਣਾ ਚਾਹੋਗੇ ਦੇਖੋ ਉਹਨਾਂ ਨੇ ਆਪਣੇ ਪ੍ਰਧਾਨ ਮੰਤਰੀ ਦਾ ਦੌਰਾ ਵੀ ਇਸ ਕਰਕੇ ਰੱਦ ਕੀਤਾ ਸੀ ਜੀ ਕਿ ਭਾਰਤ ਵਿੱਚ ਕਰੋਨਾ ਵਾਇਰਸ ਦੀ ਪ੍ਰੋਬਲਮ ਬਹੁਤ ਹਾਲਾਂਕਿ ਮੈਂ ਸਮਝਦਾ ਭਾਰਤ ਨਾਲੋਂ ਜ਼ਿਆਦਾ ਯੂਕੇ ਚ ਇੰਗਲੈਂਡ ਚ ਜੀ ਯੂਕੇ ਦੇ ਵਿੱਚੋਂ ਵੀ ਉਹਨਾਂ ਦੇ ਚਾਰ ਸਟੇਟਸ ਨੇ ਨਾ ਚੋ ਇੰਗਲੈਂਡ ਚ ਬਹੁਤੀ ਪ੍ਰੋਬਲਮ ਲੰਡਨ ਦੇ ਵਿੱਚ ਤਰਾਤਰਾ ਹੋਈ ਪਈ ਹਮ ਪਰ ਉਹ ਸਾਡੇ ਨਾਲ ਗੱਲ ਕਰਦੇ ਆ ਕਿ ਇੱਥੇ ਵੱਧ ਮੰਨ ਲੈਂਦੇ ਹੁਣ ਉਹਨਾਂ ਨੇ ਨਵਾਂ ਇੱਕ ਫੈਸਲਾ ਕੱਲ ਕੀਤਾ ਕਿ ਭਾਰਤ ਨੂੰ ਜਾਣ ਵਾਲਿਆਂ ਨੂੰ ਵੀ ਰੋਕੋ ਅਤੇ ਭਾਰਤ ਤੋਂ ਜਿਹੜੇ ਲੋਕ ਆਉਂਦੇ ਆ ਜੀ ਉਹਨਾਂ ਦੀ ਐਂਟਰੀ ਬੈਨ ਕਰ ਦਿਓ ਇੱਕ ਉਹਨਾਂ ਰੈਡ ਲਿਸਟ ਬਣਾਈ ਹੈ ਕਿ ਫਿਲਾਨੇ ਫਿਲਾਨੇ ਦੇਸ਼ਾਂ ਤੋਂ ਜਿਹੜੇ ਲੋਕ ਆਉਣ ਉਹਨਾਂ ਦੇ ਨਾਲ ਬਿਮਾਰੀ ਆਉਣ ਦਾ ਖਤਰਾ ਹੈ ਇਸ ਕਰਕੇ ਉਹਨਾਂ ਨੂੰ ਰੋਕ ਦਿਓ ਭਾਰਤ ਨੂੰ ਉਸ ਰੈਡ ਲਿਸਟ ਵਿੱਚ ਪਾ ਦਿੱਤਾ ਗਿਆ ਕਿ ਇੱਥੋਂ ਕਰੋਨਾ ਦੇ ਮਰੀਜ਼ ਆ ਸਕਦੇ ਆ ਤੇ ਇਸ ਕਰਕੇ ਇਹਨਾਂ ਨੂੰ ਇੱਥੇ ਨਾ ਆਉਣ ਦਿਓ ਬੰਧ ਤਾਂ ਤੁਹਾਡੇ ਕੋਲ ਆ ਸਾਡੇ ਕੋਲ ਤਾਂ ਭਾਰਤ ਕੋਲ ਜੇ ਘਟਿਆ ਹਾਲਾਂਕਿ ਜਿੰਨੇ ਭਾਰਤ ਤੋਂ ਆ ਬਹੁਤ ਜ਼ਿਆਦਾ ਆ ਪਰ ਦੇ ਬਾਵਜੂਦ ਵੱਧ ਤੁਹਾਡੇ ਕੋਲ ਉਹਨਾਂ ਨੇ ਤੇ ਫੈਸਲਾ ਕਰਨਾ ਹੀ ਕਰਨਾ ਸੀ ਉਹਨਾਂ ਤੋਂ ਬਾਅਦ ਅਮਰੀਕਾ ਦੀ ਸਰਕਾਰ ਨੇ ਫੈਸਲਾ ਕਰ ਦਿੱਤਾ ਔਰ ਆਪਣੇ ਐਡਵਾਈਸ ਜਾਰੀ ਕੀਤੀ ਹੈ ਨਾਗਰਿਕਾਂ ਨੂੰ ਕਿ ਜਿਨ੍ਹਾਂ ਨੇ ਕਰੋਨਾ ਦੀ ਵੈਕਸੀਨ ਲਵਾਈ ਹੋਈ ਹੈ ਕੋਈ ਭਾਰਤ ਜਾਣ ਤੋਂ ਪੇਸ਼ ਕਰੋ ਜੀ ਇਹ ਖਬਰ ਥੋੜੀ ਦੇਰ ਪਹਿਲਾਂ ਆਈ ਹੈ ਹੁਣ ਕੁੱਝ ਖਬਰਾਂ ਇਹੋ ਜਿਹੀਆਂ ਆਉਂਦੀਆਂ ਨੇ ਕਾਲੀ ਕਾਲੀ ਆਉਂਦੀਆਂ ਬਾਅਦ ਪੈਰ ਦਾ ਠੀਕ ਨਹੀਂ ਮੈਨੂੰ ਪਤਾ ਠੀਕ ਹੈ ਕਿ ਨਹੀਂ ਅਜੇ ਥੋੜੀ ਦੇਰ ਪਹਿਲਾਂ ਆਈ ਹੈ ਜੀ ਬਿਲਕੁਲ ਮੈਂ ਚਾਹੂੰਗਾ ਕਿ ਠੀਕ ਨਾ ਨਿਕਲੇ ਪਰ ਕਈਆਂ ਥਾਵਾਂ ਤੋਂ ਉੱਥੋਂ ਆਉਣ ਵਾਲੇ ਜਿਹੜੇ ਸਾਡੇ ਲੋਕ ਨੇ ਜਿਨ੍ਹਾਂ ਦੇ ਘਰਾਂ 'ਚ ਕੋਈ ਮਰਗ ਹੋ ਗਈ ਹੈ ਕੋਈ ਪ੍ਰੋਬਲਮ ਹੈ ਉਹ ਵੀ ਕਹਿੰਦੇ ਸਾਨੂੰ ਸਾਡੀ ਸਰਕਾਰ ਰੋਕਦੀ ਪਈ ਹੈ ਜੀ ਹੁਣ ਸਰਕਾਰ ਰੋਕਦੀ ਆ ਜਾਂ ਆਪ ਮੁਸੀਬਤ ਪੁੱਤ ਨਹੀਂ ਪਾਣਾ ਚਾਹੁੰਦੇ ਮੈਨੂੰ ਪਤਾ ਨਹੀਂ ਅਮਰੀਕਾ ਨੂੰ ਵੀ ਇਹ ਕਹਿਣਾ ਪੈ ਗਿਆ ਅੱਜ শ্রীলੰਕਾ ਦੀ ਸਰਕਾਰ ਨੇ ਫੈਸਲਾ ਕਰਤਾ ਕਿ ਭਾਰਤ ਦੇ ਨਾਲ ਜਿਹੜਾ 에ਅਰ ਬੱਬਲ ਪ੍ਰੋਗਰਾਮ ਚੱਲਦਾ ਸੀ ਬੜੀਆਂ ਕੋਰੋਨਾ ਵਾਇਰਸ ਦੇ ਵਿੱਚ ਫਲਾਈਟਸ ਇੱਕ ਦੂਸਰੇ ਨਾਲ ਚੱਲਦੀਆਂ ਨੇ ਕਿ ਤੁਸੀਂ ਆਪਣੇ ਲੈ ਜਾਓ ਨਾਗਰਿਕ ਤੇ ਸਾਡੇ ਛੱਡ ਜਾਓ ਅਸੀਂ ਵੀ ਇਦਾਂ ਕਰਦੇ ਆ ਵਟਾਂਦਰੇ ਚਲਦੀਆਂ ਸਨ ਉਹ ਇਸ ਕਰਕੇ ਕਿ ਜਿਹੜੇ ਨਾਗਰਿਕ శ్రీలంਕਾ ਦੇ ਉੱਥੇ ਫਸੇ ਆ ਸਾਡੇ ਉੱਥੇ ਫਸੇ ਆ ਉਹਨਾਂ ਨੂੰ ਟਿਕਾਣਾ ਪਹੁੰਚਾਇਆ ਜਾਵੇ ਜੀ ਸਾਡੇ ਅਮਰੀਕਾ 'ਚ ਫਸੇ ਅਮਰੀਕਾ ਦੇ ਸਾਡੇ ਕੋਈ ਫਸੇ ਉਹਨਾਂ ਨੂੰ ਟਿਕਾਣਾ ਪਹੁੰਚਾਇਆ ਜਾਵੇ 에ਅਰ ਬੱਬਲ ਆ ਜ ਜਿਹਨਾਂ ਨੇ శ్రీలంਕਾ ਵਾਲਿਆਂ ਨੇ ਰੱਦ ਕਰਤਾ ਉਦੋਂ ਵੀ ਪਰੇ ਗੱਲ ਜਿਹੜੀ ਆ ਉਹ ਇਹ ਕਿ ਪਾਕਿਸਤਾਨ ਵਾਲਿਆਂ ਨੇ ਕਰੋਨਾ ਵਾਇਰਸ ਵੱਧਦਾ ਵੇਖ ਕੇ ਭਾਰਤ ਨੂੰ ਸੀ ਲਿਸਟ ਵਿੱਚ ਪਾਤਾ ਜੀ ਇਹ ਵੀ ਦਿਨ ਹੋਣੇ ਸੀ ਕਿ ਪਾਕਿਸਤਾਨ ਸਭ ਨੂੰ ਸੀ ਲਿਸਟ ਵਿੱਚ ਪਾਵੇ ਤਸੋਹਨੇ ਪ੍ਰਧਾਨ ਮੰਤਰੀ ਸਾਹਿਬ ਤੇ ਸਾਡੀ ਸਾਰੀ ਕੇਂਦਰ ਸਰਕਾਰ ਇਸ ਗੱਲ ਦੀ ਟਾਰਾ ਮਾਰਦੀ ਹੈ ਕਿ ਅਸੀਂ ਵਿਸ਼ਵਗੁਰੂ ਬਣ ਗਏ ਅਸੀਂ ਬਾਕੀ ਦੁਨੀਆਂ ਤੋਂ ਅੱਗੇ ਲੰਘ ਗਏ ਕਦੋਂ ਤੁਸੀਂ ਅੱਗੇ ਲੰਘ ਗਏ ਜੀ ਕਰੋਨਾ ਵਾਇਰਸ ਦੀ ਬਿਮਾਰੀ ਤੁਹਾਡੇ ਤੋਂ ਸੰਭ ਵੀ ਨਹੀਂ ਗਈ ਗੱਲਾਂ ਤੁਸੀਂ ਕਰਦੇ ਰਹਾ ਔਰ ਇਹ ਸਾਫ਼ ਬੰਨਣਾ ਚਾਹੀਦਾ ਸਰਕਾਰ ਮੰਨਦੀ ਜਾਂ ਨਹੀਂ ਮੰਨਦੀ ਵੀ ਇਹ ਗਲਤੀਆਂ ਨਾਲ ਵਧੀਆ ਜਦੋਂ ਪਤਾ ਸੀ ਬਿਮਾਰੀ ਆ ਗਈ ਫਰਵਰੀ ਵਿੱਚ ਤਾਂ ਇਹ ਗੱਲ ਮੈਂ ਵੀ ਕਰ ਦਿੱਤੀ ਸੀ ਪਿਛਲੇ ਸਾਲ ਕਿ ਆ ਮੌਕਾ ਠੀਕ ਨਹੀਂ ਉਸੀਂ ਟਰੰਪ ਦਾ ਪ੍ਰੋਗਰਾਮ ਕਰਦੇ ਆਉਨੇ ਆ ਜੀ ਉਧਰ ਚੀਨ ਦੇ ਵਿੱਚੋਂ ਇੱਕ ਵਾਰ ਇਸ ਫਟ ਪਿਆ ਕੱਲ ਨੂੰ ਕੋਈ ਬਿਮਾਰੀ ਨਾ ਫੈਲ ਜਾ ਸਰਕਾਰ ਦਾ ਕਮਿਊਨਿਸ ਵੀ ਆਦੀ ਸਰਕਾਰ ਨੇ ਵੀ ਕਿਹਾ ਜਿਹੜੀ ਗੱਲ ਮੇਰੇ ਵਰਗਾ ਬੰਦਾ ਇੱਥੇ ਜਲੰਧਰ 'ਚ ਬੈਠਾ ਸੋਚਦਾ ਉਹ ਇਹਨਾਂ ਨੇ ਦਿੱਲੀ 'ਚ ਬੈਠਿਆਂ ਨੇ ਤੇ ਅਸੀਂ ਇਹਨਾਂ ਨੇ ਟਰੰਪ ਦਾ ਸਾਰਾ ਟੱਬਰ ਉੱਥੇ ਗੁਜਰਾਤ ਦੇ ਸੱਦਲੇ ਤੇ ਦੀ ਆਉ ਭਗਤ ਤੇ ਲੱਗੇ ਰਹੇ ਜੀ ਔਰ ਉਹਦਾ ਕਰਕੇ ਇਹਨਾਂ ਨੇ ਪਾਬੰਦੀਆਂ ਛੇਤੀ ਨਹੀਂ ਲਾਈਆਂ ਫਿਰ ਜਦੋਂ ਪਾਬੰਦੀਆਂ ਲਾਉਣ ਦਾ ਟਾਈਮ ਹੀ ਹੋ ਗਿਆ ਤੇ ਜਾਣ ਬੁਝ ਕੇ ਲਾਕਡਾਊਨ ਇਸ ਕਰਕੇ ਨਾ ਕੀਤਾ ਕਿ ਮੱਧ ਪ੍ਰਦੇਸ਼ ਦੀ ਸਰਕਾਰ ਤੋੜਦੀ ਸੀ ਕਮਲ ਰਾਸ਼ ਦੀ ਤੇ ਸ਼ਿਵਰਾਜ ਚੋਹਾਨ ਨੂੰ ਅੱਧੀ ਦਾ ਸੋਚ ਕੌਣੀ ਸੀ ਜੀ ਜਦ ਤੱਕ ਉਹ ਸਰਕਾਰ ਤੋੜਨੀ ਲਈ ਉਹਦਾ ਅਦਾਲਤ ਉਜ ਕੇ ਸੀ ਤੇ ਸ਼ਿਵਰਾਜ ਚੋਹਾਨ ਨੂੰ ਮੁੱਖ ਮੰਤਰੀ ਨਹੀਂ ਬਣਾ ਲਿਆ ਇਹਨਾਂ ਨੇ ਬਾਕੀ ਸਾਰਾ ਦੇਸ਼ ਵੀ ਫਾਇਦੇ ਛੜਿਆ ਉਹਦੇ ਬਾਅਦ ਲਾਕਡਾਊਨ ਲੱਗਣ ਲੱਗ ਪਏ ਇਹਦਾ ਕਰਕੇ ਬਿਮਾਰੀ ਵੱਧ ਗਈ ਹੁਣ ਆ ਕਿੰਨੀ ਸ਼ਰਮਿੰਦਗੀ ਵਾਲੀ ਗੱਲ ਆ ਕਿ ਯੂਕੇ ਵਰਗੇ ਨੇ ਬਰਤਾਨੀਆਂ ਵਰਗੇ ਦੇਸ਼ਾਂ ਤੇ ਸਾਨੂੰ ਆਖਣਾ ਹੈ ਅਮਰੀਕਾ ਵਰਗੇ ਦੇਸ਼ਾਂ ਤੇ ਆਖਣਾ ਹੈ ਆਖਣਾ ਹੁਣ శ్రీలంਕਾ ਤੇ ਪਾਕਿਸਤਾਨ ਸਾਨੂੰ ਸੀ ਲਿਸਟੂ ਚ ਪਾਉਂਦਾ ਪਿਆ ਜੀ ਆ ਵੀ ਦਿਨ ਹੋਣੇ ਸੀ ਔਰ ਫਿਰ ਭਾਰਤ ਦੀ ਸਰਕਾਰ ਕਰਦੀ ਕੀ ਪਈ ਹੈ ਅਜੇ ਤੱਕ ਭਾਰਤ ਸਰਕਾਰ ਵਾਲੇ ਪਾਸਿਓ ਕੋਈ ਸਪਸ਼ਟ ਨੀਤੀ ਨਹੀਂ ਮਹਾਰਾਸ਼ਟਰ ਦਾ ਮੁੱਖ ਮੰਤਰੀ ਕਹਿੰਦਾ ਜੀ ਪ੍ਰਧਾਨ ਮੰਤਰੀ ਸਾਹਿਬ ਨਾਲ ਗੱਲ ਕਰਾਓ ਕਰੋਨਾ ਵੈਕਸੀਨ ਦੀ ਗੱਲ ਕਰਨੀ ਹੈ ਜੀ ਕਹਿੰਦੇ ਜੀ ਪ੍ਰਧਾਨ ਮੰਤਰੀ ਤੇ ਬੰਗਾਲ ਦੇ ਦੌਰੇ ਤੇ ਚੜ੍ਹਿਆ ਵੋਟਾਂ ਆਖਣਗੇ ਨੇ ਉਹ ਦਾਰੇ ਆਖਣੇ ਕਰਨੇ ਜ਼ਰੂਰੀ ਹੈ ਵੋਟਾਂ ਆਖਣੀਆਂ ਇਸ ਤੋਂ ਜ਼ਿਆਦਾ ਜ਼ਰੂਰੀ ਜਦੋਂ ਮੌਤ ਨੱਚਦੀ ਪਈ ਹੈ ਸਾਰੇ ਦੇਸ਼ ਦੇ ਵਿੱਚ ਗਲੀ ਗਲੀ ਚ ਟੀਕਾ ਵਜਣ ਰਿਹਾ ਨੇ ਉਦੋਂ ਸਾਡਾ ਪ੍ਰਧਾਨ ਮੰਤਰੀ ਜਾ ਕੇ ਦੁਵਾਨੀ ਦੁਵਾਨਾਂ ਦੀਆਂ ਵੋਟਾਂ ਮੰਗਦਾ ਫਿਰ ਇੱਕੋ ਤਰੀਕਾ ਉਹਦਾ ਜੀ ਉਹਨੂੰ ਦਿੱਲੀ ਚ ਬੈਠਣਾ ਚਾਹੀਦਾ ਬੈਠ ਕੇ ਸਾਰੇ ਕੋਈ ਪ੍ਰਬੰਧ ਵੇਖੇ ਜਾਂ ਜਿਹੜੇ ਰਾਜ ਜ਼ਿਆਦਾ ਇਫੈਕਟਡ ਨੇ ਜ਼ਿਆਦਾ ਪ੍ਰਭਾਵਿਤ ਨੇ ਉੱਥੇ ਜਾਵੇ ਉੱਥੋਂ ਦੀਆਂ ਸਰਕਾਰ ਨਾਲ ਬੈਠ ਕੇ ਗੱਲ ਕਰੇ ਤੇ ਪ੍ਰਧਾਨ ਮੰਤਰੀ ਵੋਟਾਂ ਮੰਗਦਾ ਤੁਰ ਫਿਰੇ ਗਲੀਆਂ-ਗਲੀਆਂ ਇਹ ਕੰਮ ਬੰਦ ਕਰਨਾ ਚਾਹੀਦਾ ਮਮਤਾ ਬੇਨਰਜੀ ਨੇ ਚੌਂਕਬਿਸ਼ਨ ਨੂੰ ਆਖਿਆ ਕਿ ਬਾਕੀ ਦੇ ਤਿੰਨੇ ਗਿੜ ਵੋਟਾਂ ਦੇ ਇੱਕੋ ਦਿਨ ਪਾ ਲਓ ਜੀ ਸਿਆਪਾ ਮਗਾਓ ਰੈਲੀਆਂ ਰੱਦ ਹੋਣੀਆਂ ਚਾਹੀਦੀਆਂ ਕਾਂਗਰਸ ਪਾਰਟੀ ਨੇ ਆਪਣੀਆਂ ਰੈਲੀਆਂ ਰੱਦ ਕਰਤੀਆਂ ਕਹਿੰਦੇ ਮਮਤਾ ਬੈਨ ਜੀ ਨੇ ਆਖਿਆ ਮੈਂ ਰੈਲੀਆਂ ਛੋਟੀਆਂ ਕਰਨੀਆਂ ਕਰੇ ਡਰਦੇ ਆ ਤੁਸੀਂ ਤਾਂ ਨਹੀਂ ਡਰਦੇ ਜੀ ਤੁਹਾਡੇ ਵੱਲੋਂ ਸਾਰਾ ਦੇਸ਼ ਮਰ ਜਾਵੇ ਐਸ ਵੇਲੇ ਚਾਹੀਦਾ ਇਹ ਆ ਕਿ ਸਾਰੇ ਕੰਮ ਛੱਡ ਕੇ ਜਦੋਂ ਅਦਾਲਤਾਂ ਵੀ ਖੰਡੀਆਂ ਲਾਕਡਾਊਨ ਲਾਓ ਤੁਹਾਨੂੰ ਜੋ ਕਰਨ ਦੀ ਲੋੜ ਹੈ ਉਹ ਕਰੋ ਮੈਂ ਨਹੀਂ ਕਹਿੰਦਾ ਲਾਕਡਾਊਨ ਲਾ ਦਿਓ ਪਰ ਜੋ ਕਰਨ ਦੀ ਲੋੜ ਉਹ ਕਰੋ ਆ ਵੇਲਾ ਗਲੀ ਗਲੀ ਜਾ ਕੇ ਵੋਟਾਂ ਮੰਗਣ ਦਾ ਨਹੀਂ ਪ੍ਰਧਾਨ ਮੰਤਰੀ ਸਾਹਿਬ ਤੇ ਉਹਨਾਂ ਦੀ ਟੀਮ ਨੂੰ ਕੁਝ ਸੋਚਣਾ ਚਾਹੀਦਾ ਸੁਖਵੀਰ ਬਾਦਲ ਕਹਿੰਦੇ ਪਏ ਆ ਕਿ ਗੋਵਰ ਵਿਜੇ ਪ੍ਰਤਾਪ ਸਿੰਘ ਦੇ ਖਿਲਾਫ ਮਾਨਹਾਨੀ ਦਾ ਕੋਈ ਕੇਸ ਦਰਜ ਕਰਾਉਣਾ ਤੇ ਉਧਰ ਮ ਜਿੱਠੀਆਂ ਹੋਣੀ ਕਹਿੰਦੇ ਉਹਨਾਂ ਤਾਂ ਆਮ ਆਦਮੀ ਪਾਰਟੀ ਵਿੱਚ ਚੱਲ ਜਾਣਾ ਥੋੜੇ ਦਿਨ ਤੱਕ ਚਲੋ ਚੱਲ ਜਾਂਦੇ ਹੋ ਐਸ ਵੀ ਉਹਨੋਂ ਆਈ ਜੀ ਤਾਂ ਹੈ ਨਹੀਂ ਅਸਤੀਫਾ ਨਹੀਂ ਦਿੱਤਾ ਜੀ ਵੈਸੇ ਮੇਰੀ ਜਾਣਕਾਰੀ ਮੁਤਾਬਕ ਹੈ ਜੀ ਅਸਤੀਫਾ ਦਾ ਪੰਜਾਬ ਸਰਕਾਰ ਨੇ ਅਸੂਲ ਦੇ ਤੌਰ ਤੇ ਪ੍ਰਵਾਨ ਕਰ ਲਿਆ ਜੀ ਇਹ ਕਿਉਂਕਿ ਇੰਡੀਅਨ ਪੁਲਿਸ ਸਰਵਿਸ ਦਾ ਉਹਦਾ ਅਸਤੀਫਾ ਜੇ ਕੇਂਦਰ ਸਰਕਾਰ ਕੋਲ ਵੀ ਜਾਣਾ ਬਿਲਕੁਲ ਇੱਥੇ ਪੰਜਾਬ ਦੇ ਅਪਦਰ ਤੇ ਤੇ ਨਿਭੜਦਾ ਨਹੀਂ ਇਹ ਕੰਮ ਉਹਦੇ ਵਿੱਚ ਕੁਝ ਦਿਨ ਲੱਗ ਵੀ ਸਕਦੇ ਉਹਨਾਂ ਚਿਰ ਤੱਕ ਇਹਨਾਂ ਨੇ ਨੀ ਗੱਲਾਂ ਕਢੀਆਂ ਇਹ ਕਈ ਜਣ ਉਹਨਾਂ ਨੇ ਨੀ ਕਢੀਆਂ ਹੋਗੇ ਜੀ ਇਹ ਕਹਿੰਦੇ ਆਮ ਆਦਮੀ ਪਾਰਟੀ ਚੱਲ ਜੇ। ਕੱਲ ਪਰਸੋਂ ਦੇ ਕੁਝ ਲੋਕ ਕਹਿੰਦੇ ਜੀ ਭਾਜਪਾ ਹੀ ਜਾਣਾ। ਕਹੀ ਜਾਣਾ। ਕਿਸੇ ਦਾ ਕੋ ਮੂੰਹ ਫਾੜਣਾ। ਬਿਲਕੁਲ। ਮੂੰਹ ਨਹੀਂ ਕਿਸੇ ਦਾ ਫੜਿਆ ਜਾ ਸਕਦਾ। ਪਰ ਜਿਹੜੀ ਗੱਲ ਹੈ ਕਿ ਮਾਣਨ ਦਾ ਕੇਸ ਕਰਨਾ। ਸੁਖਬੀਰ ਸਿੰਘ ਬਾਦਲ ਨੂੰ ਹੱਕ ਕਰ ਦੇਵੇ। ਹੂੰ। ਅਗਲੇ ਪਾਸੇ ਜਿਹੜਾ ਉਹਦੇ ਕੋਲ ਵੀ ਹੱਕ ਹੈ। ਉਹਦੇ ਕੋਲ ਬਹੁਤ ਕੁਝ ਜਵਾਬ ਦੇ ਦਿੰਦਾ। ਜੀ। ਉਹ ਐਸ ਤਰ੍ਹਾਂ ਜਦੋਂ ਕੁਮਰ ਵਿਜੇ ਪ੍ਰਤਾਪ ਸਿੰਘ ਅਸਤੀਫਾ ਦੇ ਕੇ ਮੈਦਾਨ 'ਚ ਆ ਗਿਆ। ਉਹਦੇ ਤੋਂ ਬਾਅਦ ਇੰਨੀ ਕਿਸਮ ਦੇ ਬਿਆਨਾਂ ਦੀ ਕੜਮਾਸ ਹੋ ਗਈ। ਇੱਕ ਪਾਸੇ ਤੋਂ ਨਵਜੋਤ ਸਿੰਘ ਸਿੱਧੂ ਉਹਦੇ ਅਸਤੀਫੇ ਨੂੰ ਤੇ ਕੇਸ ਨੂੰ ਲੈ ਕੇ ਬੋਲਦਾ ਦੂਸਰੇ ਪਾਸਿਓ ਐਚਐਸ ਫੂਲਕਾ ਬੋਲ ਪਿਆ ਜੀ ਤੀਸਰੇ ਪਾਸਿਓ ਇਹਨੇ ਦੱਸਦਾ ਕਿ ਐਚਐਸ ਫੂਲਕਾ ਨੂੰ ਵੀ ਆਖਿਆ ਸੀ ਮੇਰਾ ਕੇਸ ਆ ਕੇ ਲੜ ਸਾਡੇ ਐਸਆਈਟੀ ਬਣੀ ਆ ਵਿਸ਼ੇਸ਼ ਜਾਂਚ ਟੀਮ ਇਹਦੇ ਵੇਲੇ ਖਲੋ ਤੇ ਫੂਲਕਾ ਸਾਹਿਬ ਨੇ ਨਾ ਕਰਤੀ ਕਿਉਂ ਫੂਲਕਾ ਨੇ ਨਾ ਕੀਤੀ ਉਹ ਵੀ ਉਹਨੇ ਵੀ ਅਗੋ ਗੱਲਾਂ ਕਰਨੀ ਸ਼ੁਰੂ ਕਰਤੀਆਂ ਵੀ ਤੁਸੀਂ ਬਾਹਰ ਗੱਲਾਂ ਕਰਦੇ ਹੋ ਤਾਂ ਸਾਡੇ ਨਾਲ ਕਿਉਂ ਨਹੀਂ ਖਲੋਤੇ ਜੇ ਨਾਲ ਨਹੀਂ ਖਲੋਤੇ ਤਾਂ ਗੱਲਾਂ ਕਰਨ ਦਾ ਵੀ ਕੀ ਫਾਇਦਾ ਐਸ ਵੇਲੇ ਹਣ ਕਮਰ ਵਿਜੇ ਪ੍ਰਤਾਪ ਸਿੰਘ ਉੱਥੇ ਨਹੀਂਗਾ ਕਿ ਉਹਨੇ ਵਰਦੀ ਪਾਈ ਹੈ ਤੇ ਕਿਸੇ ਗੱਲ ਦਾ ਜਵਾਬ ਨਹੀਂ ਦੇਣਾ ਜੀ ਆਡੀਆਂ ਗੱਲਾਂ ਹੁਣ ਉੱਤੇ ਕਹਿੰਦੇ ਪਏ ਇਹ ਤਾਂ ਪਿਛਲੇ 3 ਸਾਲਾਂ ਤੋਂ ਕਹਿੰਦੇ ਪਏ ਕਮਰ ਵਿਜੇ ਪ੍ਰਤਾਪ ਸਿੰਘ ਆ ਕਰਦਾ ਕਮਰ ਵਿਜੇ ਪ੍ਰਤਾਪ ਸਿੰਘ ਆ ਕਰਦਾ ਕੌਣ ਜਦੋਂ 2019 ਚ ਚੋਣਾਂ ਹੋਈਆਂ ਨੇ ਜੀ 2 ਸਾਲ ਹੋ ਗਏ ਸ਼ਿਕਾਇਤ ਇਹਨਾਂ ਨੇ ਉਦੋਂ ਵੀ ਕੀਤੀ ਸੀ ਉਹਦੀ ਚੋਣ ਕਮਿਸ਼ਨ ਨੂੰ ਵੀ ਕੀਤੀ ਸੀ ਪਰ ਉਹਨੇ ਕੋਈ ਜਵਾਬਤਾ ਨਹੀਂ ਦਿੱਤਾ ਆਪਣਾ ਕੰਮ ਚੱਪਕ ਕੇ ਕਰਦਾ ਰਿਹਾ ਸੀ ਬਿਲਕੁਲ ਉਹ ਚ ਉਦੋਂ ਉਹ ਜਵਾਬ ਦੇਣ ਦੀ ਪੋਜੀਸ਼ਨ 'ਚ ਨਹੀਂ ਸੀ ਕਿਉਂਕਿ ਉਹ ਵਰਦੀ 'ਚ ਸੀ ਡਿਸਪਲਿਨਡ ਫੋਰਸ 'ਚ ਹੁਣ ਉਹ ਅਸਤੀਫਾ ਦੇ ਚੁੱਕਾ ਹੁਣ ਉਹ ਜਵਾਬਦੇਹਣ ਦੀ ਪੋਜੀਸ਼ਨ 'ਚ ਆ ਇਹ ਕਰਨ ਕੇਸ ਉਹਨਾਂ ਦੇ ਖਿਲਾਫ ਕਰ ਦੂ ਬਰਾਬਰ ਹੋ ਜਾਏਗਾ ਜੀ ਦੋਵੇਂ ਤਰ੍ਹਾਂ ਪੂਜ ਜੋ ਅਦਾਲਤ ਤੋਂ ਝਗੜਨ ਦੇ ਚੜੇ ਜਾਣ ਅੱਗੇ ਹੁੰਦਾ ਸੀ ਕਿ ਅਸੀਂ ਕਹਿੰਦੇ ਹੁਣ ਸਾਨੂੰ ਅਦਾਲਤਾਂ ਤੋਂ ਇਨਸਾਫ ਦੀ ਆਸ ਹੈ ਹੁਣ ਲੋਕ ਕਿ ਅਦਾਲਤਾਂ ਦੇ ਉੱਤੇ ਵੀ ਠੀਕਾ ਟਿੱਪਣੀ ਕਰਨ ਲੱਗ ਪਿਆ ਜੀ ਉਹ ਜਸਟਿਸ ਰੰਜਨ ਗਗੋਈ ਸੁਪਰੀਮ ਕੋਰਟ ਦਾ ਚੀਫ ਜਸਟਿਸ ਸੀ ਅਖੀਰਲੇ 3-4 ਮਹੀਨਿਆਂ 'ਚ 6 ਮਹੀਨਿਆਂ ਜੋ ਕੋ ਜਨੇ ਕੀਤਾ ਉਹਦੀ ਨੁਕਤਾਚੀਨੀ ਹੋਈ ਤੇ ਆਉਂਦਿਆ ਸਾਰੇ ਜਿਵੇਂ ਉਹਨੂੰ ਰਾਜ ਸਭਾ ਦਾ ਮੈਂਬਰ ਬਣਾ ਦਿੱਤਾ ਗਿਆ ਪਾਰਲੀਮੈਂਟ ਦੇ ਅੱਪਰ ਹੌਂਸ ਚ ਉਦੇ ਤੋਂ ਬਾਅਦ ਜਿਹੜਾ ਪਾਰਲੀਮੈਂਟ ਮੈਂਬਰ ਅਸਦੋਦੀਨ ਹੈ ਵੈਸੀ ਹੈ ਹੂੰ ਉਹ ਪਤਾ ਉਹਦੇ ਬਾਰੇ ਕੀ ਕਹਿੰਦਾ ਕਹਿੰਦਾ ਉਹ ਦਿਨ ਲੱਦ ਗਏ ਜਦੋਂ ਅਸੀਂ ਤੁਹਾਨੂੰ ਮੀ ਲਾਰਡ ਕਹਿੰਦੇ ਹੁੰਦਸਾ ਜੀ ਹੁਣ ਜਸਟਿਸ ਗੋਗੋਈ ਨਹੀਂ ਹੁਣ ਪਾਰਲੀਮੈਂਟ ਮੈਂਬਰ ਗੋਗੋਈ ਆ ਅਸੀਂ ਆਖਾਂਗੇ ਅਰੇ ਗੋਈ ਅਰੇ ਗਗੋਈ ਉਹ ਕਹਿੰਦੇ ਉਦੋਂ ਅਸੀਂ ਕਹਿੰਦੇ ਹਨਰੇਬਲ ਮੀ ਲਾਰਡ ਉਹ ਕਹਿੰਦਾ ਹੁਣ ਮੀ ਲਾਰਡ ਨਹੀਂ ਹੁਣ ਤਾਂ ਅਰੇ ਗੋਗੋਈ ਆ ਹੁਣ ਮੈਂ ਤੇ ਬਾਰੇ ਸਾਰੀਆਂ ਗੱਲਾਂ ਕਹੂੰਗਾ ਇਹ ਗੱਲਾਂ ਸਾਰੀਆਂ ਜਦੋਂ ਆਉਣੀਆਂ ਨੇ ਤੇ ਇਹ ਪਤਾ ਨਹੀਂ ਅਗੋ ਇਸ ਕੜਮਾਸ ਦੇ ਵਿੱਚ ਕੀ ਬਣਨਾ ਜਿਹੜੀ ਬਹੁਤਾ ਡਰਿਆ ਉਹ ਇਹ ਕਿ ਉਹ ਅੰਗਰੇਜ਼ੀ ਕਹਿੰਦੇ ਟੂ ਮੈਨੀ ਪਲੇਅਰਸ ਪਲੇਸਪੋਰਟ ਜਦੋਂ ਬਹੁਤ ਜ਼ਿਆਦਾ ਖਿਡਾਰੀ ਹੋ ਜਾਣ ਤੇ ਖੇਡ ਦਾ ਪੱਠਾ ਬਠਾ ਦਿੰਦੇ ਆ ਇੱਥੇ ਇੰਨਿਆਂ ਪਾਸਿਆਂ ਤੋਂ ਖਿਡਾਰੀ ਇਸ ਖੇਡ 'ਚ ਸ਼ਾਮਲ ਹੋ ਗਏ ਨੇ ਮੈਨੂੰ ਲੱਗਦਾ ਇਹ ਆ ਕਿ ਬਰਗਾੜੀ ਕੋਟ ਕੁ ਪੂਰਾ ਬਹਿਬਲ ਖਲਾ ਇਨ੍ਹਾਂ ਕਿਸਾਂ ਦਾ ਪੱਠਾ ਬਠਾ ਦੇਣਾ ਜਿਹੜੇ ਲੋਕ ਹੁਣ ਤੱਕ ਇਨਸਾਫ ਦੀ ਆਸ ਵਿੱਚ ਕਦੇ ਉਹਦੇ ਹਲ ਕਦੇ ਉਹਦੇ ਲ ਬੇਖਦੇ ਸੀ ਹੁਣ ਉਹ ਸਾਰੇ ਦੇ ਸਾਰੇ ਇਹ ਸੋਚਦੇ ਪਏ ਆ ਕਿ ਇਨਸਾਫ ਹੋਵੇਗਾ ਕਿ ਨਹੀਂ ਉਹ ਐਸ ਵੇੜੇ ਸਭ ਤੋਂ ਜਿਆਦਾ ਮਾਨ ਸਕਦਾ ਉਹਨਾਂ ਦੀ ਜਿਹੜੀ ਦੁਖੀ ਹੈ ਉਹਨਾਂ ਨੂੰ ਇਦਾਂ ਲੱਗਦਾ ਇਹ ਬਾਕੀਆਂ ਬਾਅਦ ਜਿਹਦੇ ਘਰ 'ਚ ਘਟਨਾ ਵਾਪਰੀ ਹੋਵੇ ਪੀੜ ਉਹਨੂੰ ਹੁੰਦੀ ਆ ਬਾਕੀ ਦੇ ਆਉਂਦੇ ਆ 2 ਮਿੰਟ ਫੋਟੋ ਖਿਚਾਉਂਦੇ ਆ ਮਿਲਦੇ ਆ ਤੇ ਅਗਲੇ ਦਿਨ ਲਵਾਦ ਨੇ ਮੈਂ ਫਲਾਣੇ ਦੇ ਘਰ ਅਫਸੋਸ ਕਰਨ ਗਿਆ ਸੀ ਐਨੀਆਂ ਮੋਤਾ ਹੁੰਡੀਆਂ ਨੇ ਲੀਡਰ ਜਾਂਦੇ ਆ ਜਾ ਕੇ ਅਫਸੋਸ ਕਰਕੇ 5 ਮਿੰਟ ਇਕਦਮ ਫੋਟੋ ਖਿਚਾ ਕੇ ਹਰ ਪੱਤਰਕਾਰ ਨੂੰ ਕਹਿੰਦੇ ਮੇਰੀ ਫੋਟੋ ਜਿਹੜਾ ਖਿਲਵਾ ਦਿਨ ਯਾਰ ਮੈਂ ਅਫਸੋਸ ਕਰਨ ਗਿਆ ਸੀ ਅਗਲਿਆਂ ਦੇ ਘਰ ਮੌਤ ਹੋਈ ਹੁੰਦੀ ਆ ਤੁਹਾਨੂੰ ਫੋਟੋਆਂ ਦੀ ਚਿੰਤਾ ਪਈ ਹੁੰਦੀ ਆ ਉਹ ਜਿਨ੍ਹਾਂ ਦੇ ਘਰ ਦੇ ਜੀ ਮਾਰੇ ਗਏ ਕੋਟਕਪੂਰ ਤੇ ਬਹਿਬਲ ਕਲਾਂ ਚ ਉਹਨਾਂ ਨੂੰ ਜਾ ਕੇ ਪੁੱਛੋ ਅੱਜ ਜਿਹੜਾ ਖਲਾਰਾ ਪਿਆ ਵਾ ਜਿਸ ਤਰ੍ਹਾਂ ਦੀ ਸਿਆਸਤ ਚੱਲਦੀ ਪਈ ਆ ਜਿਸ ਤਰ੍ਹਾਂ ਤੂੰ ਤੋਂ ਮੈਂ ਮੈਂ ਇਹ ਸਾਰੇ ਕੜਮਸਤੇ ਵਿੱਚੋਂ ਉਹਨਾਂ ਦੇ ਜ਼ਖਮ ਵੀ ਹਰੇ ਹੋ ਰਿਹਾ ਉਹਨਾਂ ਦੀ ਪੀੜ ਵੀ ਫੇਰ ਵੱਧ ਰਹੀ ਆ ਉਹਨਾਂ ਨੂੰ ਮੁੜ ਮੁੜ ਕੇ ਜਿਸ ਤਰ੍ਹਾਂ ਦੁਖੀ ਕੀਤਾ ਜਾ ਰਿਹਾ ਇਹਦੇ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਤੁਨ ਸਾਹਿਬ ਇਹਨਾਂ ਨਾਲ ਨਾਲ ਇੱਕਲ ਹੋਰ ਜੁੜਦੀ ਆ ਉਹ ਡੇਰਾ ਸੱਚਾ ਸੌਦਾ ਵਾਲਿਆਂ ਦਾ ਵੀ ਕਈ ਵਾਰ ਵਿੱਚ ਨਾਮ ਜੁੜਿਆ ਸਿੱਧੇ ਤੌਰ ਤੇ ਵੀ ਜੁੜਿਆ ਸਿੱਧੇ ਤੌਰ ਤੇ ਹੁਣ ਉਹਨਾਂ ਦੇ ਇੱਕ ਗਰੁੱਪ ਨੇ ਪ੍ਰੈਸ ਕਾਨਫਰੰਸ ਕੀਤੀ ਆ ਉਹ ਕਹਿੰਦੇ ਆ ਕਿ ਡੇਰੇ ਦੇ ਖਿਲਾਫ ਸਾਜ਼ਿਸ਼ਾਂ ਹੋ ਰਹੀਆਂ ਦੇਖੋ ਉਹਨਾਂ ਚ ਦੋ ਗਰੁੱਪ ਨੇ ਜੀ ਇੱਕ ਗਰੁੱਪੇ ਵੀਰਪਾਲ ਕੌਰ ਤੇ ਇੱਕ ਹੋਰ ਨੇ ਕੁਝ ਲੋਕ ਵੱਖਰੇ ਨੇ ਇਹਨਾਂ ਵਜ੍ਹਾ ਕਰ ਡੇਰੇ ਚ ਨਹੀਂ ਵੜਨ ਦਿੱਤਾ ਜਾਂਦਾ ਹੂੰ ਇਹ ਕਹਿੰਦੇ ਜੀ ਬਾਬਾ ਗੁਰਮੀਤ RAM ਰਹੀਮ ਸਿੰਘ ਉਹਦੇ ਵਿੱਚ ਕੋਈ ਨੁਕਸ ਨਹੀਂ ਉਹਦੇ ਉੱਤੇ ਝੂਠੇ ਕੇਸ ਬਣਿਆ ਹੂੰ ਉਹਨੂੰ ਝੂਠੇ ਕੇਸਾਂ ਜੇਲ੍ਹ ਜਾਣਾ ਪਿਆ ਝੂਠੇ ਕੇਸ ਬਣਾਉਣ ਚ ਉਹ ਕਹਿੰਦੇ ਆ ਕਿ ਉਸ ਡੇਰੇ ਦੀ ਹੁਣ ਵਾਲੀ ਕਮੇਟੀ ਸ਼ਾਮਲ ਇਹਨਾਂ ਨੇ ਹਾਲਾਤ ਇਹੋ ਜਿਹੇ ਬਣਾਏ ਕਿ ਬਾਬਾ ਜੇਲ ਚਲ ਜਵੇ ਅਸੀਂ ਡੇਰਾ ਸੰਭੀਏ ਉਹ ਕਹਿੰਦੇ ਭਾਜਪੀ ਨੂੰ ਪਤਾ ਭਾਜਪੀ ਉਹਨਾਂ ਦੀ ਤਰਫਦਾਰੀ ਕਰਦੀ ਹੈ ਭਾਜਪੀ ਤਰਫਦਾਰੀ ਕਰਦੀ ਹੋ ਵੀ ਸਕਦੀ ਹੈ ਨਹੀਂ ਵੀ ਹੋ ਸਕਦੀ ਸਾਨੂੰ ਨਹੀਂ ਪਤਾ ਹੁਣ ਉਹ ਕਹਿੰਦੇ ਆ ਕਿ ਬਰਗਾੜੀ ਵਾਲਾ ਕੇਸ ਜਿਹੜਾ ਇਸ ਕੇਸ ਦੇ ਵਿੱਚ ਵੀ ਅੱਜ ਉਹਨਾਂ ਨੇ ਜਿਹੜੀ ਚੰਡੀਗੜ੍ਹ ਚ ਪ੍ਰੈਸ ਕਾਨਫਰੰਸ ਕੀਤੀ ਹੈ ਇੱਕ ਪ੍ਰੈਸ ਨੋਟ ਵੀ ਉਹਨਾਂ ਨੇ ਵੰਡਿਆ ਉਹ ਕਹਿੰਦੇ ਵੀ ਇਹ ਸਾਰਾ ਕੁਝ ਪੁਲਿਸ ਨੂੰ ਵੀ ਅਦਾਲਤਾਂ ਨੂੰ ਵੀ ਸਰਕਾਰ ਨੂੰ ਵੀ ਗੁੰਮਰਾਹ ਕੀਤਾ ਜਾ ਰਿਹਾ ਤੇ ਡੇਰੇ ਦੀ ਹੁਣ ਵਾਲੀ ਮੈਨੇਜਮੈਂਟ ਗੁੰਮਰਾਹ ਕਰ ਰਹੀ ਹੈ ਜੀ ਉਹਨਾਂ ਨੇ ਚਾਰ ਬੰਦਿਆਂ ਦਾ ਨਾਮ ਲਿਖਿਆ ਕਹਿੰਦੇ ਜੀ ਅਦਾਲਤ ਤੋਂ ਪੁਲਿਸ ਨੇ ਇਹ ਕਹਿ ਕੇ ਭਗੋੜੇ ਇਕਰਾਰ ਦਵਾਤਾ ਕਿ ਹੁਣ ਦੇਸ਼ ਵਿੱਚ ਨਹੀਂ ਕੇ ਬਾਹਰ ਚਲੇਗੇ ਜੀ ਹੁਣ ਕਹਿੰਦੇ ਆ ਕਿ ਇਹਨਾਂ ਚੋਂ ਜਿਹੜਾ ਮੁਖ ਹੈ ਪ੍ਰਦੀਪ ਕਲੇਰ ਉਹ ਤਾਂ ਐਸ 25 ਮਾਰਚ ਨੂੰ ਉਥੇ ਸਿਰਸੇ ਦੇ ਲਾਗੇ ਇੱਕ ਡੇਰਾ ਪ੍ਰੇਮੀ ਦੇ ਘਰ ਵਿਆਹ ਦੇ ਵਿੱਚ ਆਇਆ ਉਸ ਵਿਆਹ ਦੇ ਵਿੱਚ ਬਾਅਦ ਵਿੱਚ ਇਹਨਾਂ ਚਾਰ ਪੰਜਾਂ ਨੇ ਰਾਜ ਕੇ ਸ਼ਰਾਬ ਪੀਤੀ ਸ਼ਰਾਬ ਪੀ ਕੇ ਨੱਚੇ ਹੁਣ ਤੱਕ ਇਹ ਪ੍ਰਭਾਵ ਸੀ ਕਿ ਡੇਰੇ ਸੱਚੇ ਸੋਦੇ ਵਾਲਾ ਸ਼ਰਾਬ ਨਹੀਂ ਪਿੰਦੇ ਇੱਕ ਨਹੀਂ ਸ਼ਰਾਬ ਪੀਤੀ ਫਰਾਪੀਕੇ ਨੱਚੇ ਉਹ ਕਹਿੰਦੇ 25 ਮਾਰਚ ਨੂੰ ਇਹ ਵਿਆਹ ਵਿੱਚ ਸ਼ਾਮਲ ਹੋਇਆ 15 ਅਪ੍ਰੈਲ ਨੂੰ ਜਾ ਕੇ ਅਸੀਂ ਉੱਥੋਂ ਸਿਰਸੇ ਦੇ ਪੁਲਿਸ ਅਫਸਰ ਨੂੰ ਦੱਸਿਆ ਆਹ ਵੇਖੋ ਕਿ ਆਹ ਸਾਰੇ ਸਬੂਤ ਇੱਥੇ ਆ ਬੰਦਾ ਇੱਥੇ ਤੁਰਾ ਫਿਰਦਾ ਉਹ ਕਹਿੰਦੇ ਉਹਦੇ ਨਾਲ ਦਾ ਇੱਕ ਜਿਹੜਾ ਡਿੜਬਾ ਉਹ ਵੀ ਉੱਥੇ ਜਾ ਕੇ ਡੇਰੇ 'ਚ ਰੋਜ਼ ਗਿੜੇ ਕੱਢ ਕੇ ਆਉਂਦਾ ਔਰ ਮੈਨੇਜਮੈਂਟ ਦੇ ਨਾਲ ਬਕਾਇਦਾ ਇਨ ਟੱਚ ਹੈ ਤੇ ਇੱਥੇ ਪੰਜਾਬ ਦੀ ਪੁਲਿਸ ਨੂੰ ਤੇ ਅਦਾਲਤ ਨੂੰ ਲਗਾਤਾਰ ਹੀ ਆਖਿਆ ਜਾ ਰਿਹਾ ਕੋਈ ਤਾਂ ਬੰਦੇ ਵਿਦੇਸ਼ ਭੱਜ ਗਏ ਨੇ ਕਹਿੰਦੇ ਕੋਈ ਵਿਦੇਸ਼ ਨਹੀਂ ਭੱਜੇ ਇੱਥੇ ਫਿਰਦੇ ਆ ਤੁਸੀਂ ਗੱਲ ਕਰੋ ਫੜੇ ਜਾ ਸਕਦੇ ਆ ਪਰ ਉਹਨਾਂ ਨੂੰ ਫੜਨ ਵਾਸਤੇ ਕਿਸੇ ਪਾਸੇ ਕੋਈ ਕੋਸ਼ਿਸ਼ ਨਹੀਂ ਹੋ ਰਹੀ ਹੁਣ ਇਹ ਦੋਸ਼ ਜਿੰਨਾ ਉਹਨਾਂ ਤੇ ਲੱਗਦਾ ਹਰਿਆਣੇ ਦੀ ਪੁਲਿਸ ਤੇ ਜਿੰਨਾ ਡੇਰੇ ਦੀ ਮੈਨੇਜਮੈਂਟ ਤੇ ਲੱਗਦਾ ਜਿੰਨਾ ਭਾਜਪਾ ਤੇ ਲੱਗਦਾ ਉਹਦਾ ਕੁਝ ਨਾ ਕੁਝ ਹਿੱਸਾ ਤਾਂ ਪੰਜਾਬ ਦੀ ਪੁਲਿਸ ਤੇ ਵੀ ਲੱਗੇਗਾ ਪੰਜਾਬ ਦੀ ਪੁਲਿਸ ਨੂੰ ਇਹ ਕਿਉਂ ਨਹੀਂ ਪਤਾ ਲੱਗਦਾ ਕਿ ਉੱਥੇ ਜਿਹੜੇ ਡੇਰੇ ਚ ਤੁਰੇ ਫਿਰਦੇ ਆ ਬੰਦੇ ਜਦੋਂ ਇਹਨਾਂ ਨੂੰ ਪਤਾ ਕਿ ਰਾਤ ਨੂੰ ਭਗੋੜੇ ਕਰਾਰ ਦਿੱਤੇ ਆ ਤੇ ਜਾ ਕੇ ਫੜ ਲਓ ਹੁਣ ਉਹ ਵੀਰਪਾਲ ਕੋਰ ਉਹ ਖੁੱਲ ਕੇ ਕਹਿਣ ਡਿਆ ਕਿ ਪਤਾ ਜੀ ਸਰ ਇਹਨਾਂ ਨੂੰ ਫੜਿਆ ਨਹੀਂ ਜਾ ਰਿਹਾ ਉਹ ਜੇ ਪਤਾ ਤੇ ਕੌਣ ਨਹੀਂ ਫੜ ਰਿਹਾ ਪੁਲਿਸ ਵਿੱਚੋਂ ਪੰਜਾਬ ਦੀ ਪੁਲਿਸ ਨੂੰ ਦੱਸਣਾ ਚਾਹੀਦਾ ਜਿਨ੍ਹਾਂ ਦੇ ਕੋਲ ਜ਼ਿੰਮੇਵਾਰੀ ਹੈ ਕਿ ਕੀ ਤੁਸੀਂ ਉੱਥੇ ਡੇਰੇ ਦੀ ਮੈਨੇਜਮੈਂਟ ਦੇ ਉੱਤੇ ਜਾ ਕੇ ਕੋਈ ਕਿਸੇ ਪਾਸੇ ਚੌਕਸੀ ਬਿਠਾਈ ਹੈ ਕੋ ਆਪਣੇ ਬੰਦੇ ਭੇਜੇ ਕੋਈ ਸਰਵੇਲੈਂਸ ਲਾਈ ਹੈ ਤੁਹਾਨੂੰ ਪਤਾ ਲੱਗਣਾ ਚਾਹੀਦਾ ਸੀ ਜਾਂ ਉਹ ਜਿਹੜਾ ਸਰਸੇ ਦਾ ਪੁਲਿਸ ਅਫਸਰ ਜਿਹਦੇ ਬਾਰੇ ਵੀਰਪਾਲ ਕੌਰ ਕਹਿੰਦੀ ਹੈ ਕਿ ਅਸੀਂ ਜਾ ਕੇ ਦੱਸਿਆ ਜਿਨ੍ਹਾਂ ਨੇ ਦੱਸਿਆ ਜਾ ਕੇ ਤੇ ਫਿਰ ਵੀਰਪਾਲ ਕੌਰ ਤਾਂ ਪਿਛਲੇ ਸਾਲ ਜੋ ਕੁਝ ਨੇ ਦੱਸਿਆ ਸੀ ਜੀ ਉਹਨੇ ਤੇ ਇਹ ਵੀ ਦੱਸਦਾ ਸੀ ਕਿ ਪੰਜਾਬ ਦੇ ਕਿਹੜੇ ਅਕਾਲੀ ਲੀਡਰ ਨੇ ਉਹ ਚੋਲਾ ਭੇਜਿਆ ਸੀ ਦਸਵੇਂ ਗੁਰੂ ਸਾਹਿਬ ਵਰਗਾ ਜਿਹੜਾ ਚੋਲਾ ਪਾ ਕੇ ਤੇ ਡੇਰੇ ਸੱਚੇ ਸੌਦੇ ਵਾਲੇ ਗਰਮੀਤ RAM ਰਹੀਬ ਸਿੰਘ ਨੇ ਸਰ ਸੰਗ ਕੀਤਾ ਸੀ ਤੇ ਉਹ ਸੰਗ ਤੋਂ ਬਾਅਦ ਪੜਾ ਪਿਆ ਸੀ ਉਦੋਂ ਵੀ ਬਹੁਤ ਰੋੜਾ ਪਿਆ ਸੀ ਔਰ ਜਿਹੜੇ ਲੀਡਰ ਨੇ ਹੁਣ ਆਖਿਆ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਤੇ ਕੇਸ ਕਰਨਾ ਉਦੋਂ ਉਸੇ ਲੀਡਰ ਨੇ ਆਖਿਆ ਸੀ ਵੀਰਪਾਲ ਕੋਰ ਤੇ ਵੀ ਕੇਸ ਕਰਨਾ ਪਤਾ ਨਹੀਂ ਕੀਤਾ ਕਿ ਨਹੀਂ ਹੁਣ ਤੱਕ ਹੁਣ ਸਾਲ ਤਾਂ ਹੋ ਚੱਲਿਆ ਤੇ ਇਹ ਇਦਾਂ ਦੀਆਂ ਕਈ ਗੱਲਾਂ ਨੇ ਜਿਹੜੀਆਂ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਨੇ ਅੱਜ ਨਹੀਂ ਕੱਲ ਸੀ ਕਿਤੇ ਨਾ ਕਿਤੇ ਜਾ ਕੇ ਦਾ ਜਵਾਬ ਦੇਣਾ ਪੈਣਾ ਫਿਰ ਦੱਸਣ ਉਹਤੇ ਕੀ ਹੋਇਆ ਉਹ ਮੈਂ ਸਮਝਾ ਕੇ ਘਟੋ ਘਟ ਇਹ ਬਰਗਾੜੀ ਵਾਲੇ ਕੇਸ ਦੇ ਜਿਹੜੇ ਬੰਦੇ ਆ ਜਿਓ ਦੋਸ਼ੀ ਨੇ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਕੀਤੀ ਚੋਰੀ ਕਰਨ ਤੋਂ ਬਾਅਦ ਪਾੜ ਕੇ ਅੰਡੜ ਥਾਮਾ ਤੇ ਉਹਨੂੰ ਖਲਾ ਰਿਆ ਬੇਅਦਬੀ ਕੀਤੀ ਉਸ ਬੇਅਦਬੀ ਤੋਂ ਬਾਅਦ ਹੀ ਮੁੜ ਕੇ ਰੋਸ ਹੋਇਆ ਬਾਬਾ ਗ੍ਰੰਥ ਕੋਟਕਪੂਰੇ ਚ ਸੰਗਤ ਦਾ ਧਰਨੇ ਲਾਏ ਤੇ ਉੱਤੇ ਪੁਲਿਸ ਗੋਲੀ ਚਲੀ ਜਿਹੜੇ ਬੰਦਿਆਂ ਨੇ ਮੁੱਢਲਾ ਜੰਗਨਾ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕਰਨ ਦਾ ਚੋਰੀ ਕਰਕੇ ਪਾੜ ਕੇ ਖਲਾ ਰਨ ਦਾ ਉਹ ਜੇ ਬੰਦੇ ਸੱਚੀ ਮੁੱਝੀ ਇੱਥੇ ਫਿਰਦੇ ਆ ਵੀਰਪਾਲ ਕੁਰ ਜਿੱਦਾਂ ਕਹਿੰਦੀ ਪਈ ਆ ਤੇ ਫਿਰ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚ ਇਹ ਅੱਜ ਉਹਨੇ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕੀਤੀ ਹੈ ਇਸ ਤੋਂ ਬਾਅਦ ਪੁਲਿਸ ਨੂੰ ਸਪੈਕਟ ਕਰਨਾ ਚਾਹੀਦਾ ਕਿ ਅਸੀਂ ਕੀ ਕਰਦੇ ਪਿਆ ਪੁਲਿਸ ਹਰਿਆਣਾ ਦੀ ਪੁਲਿਸ ਨੂੰ ਵੀ ਕਰਨਾ ਚਾਹੀਦਾ ਪੰਜਾਬ ਦੀ ਪੁਲਿਸ ਨੂੰ ਜੀ ਬਿਲਕੁਲ ਪੰਸਾਬ ਅਸੀਂ ਕੋਰੋਨਾ ਵਾਇਰਸ ਨੂੰ ਲੈ ਕੇ ਕਈ ਵਾਰ ਗੱਲ ਕੀਤੀ ਹੈ ਲੋਕਾਂ ਦੀ ਆਪਣੀ ਮਾਨਸਿਕਤਾ ਕੋਈ ਗੰਭੀਰਤਾ ਨਾਲ ਲੈਂਦਾ ਹੈ ਕੋਈ ਕਹਿੰਦਾ ਐਵੇਂ ਹੀ ਰੌਲਾ ਪਾਈ ਜਾਂਦੇ ਆ ਪਰ ਹੁਣ ਦੇਖੋ ਇੱਕ ਵਾਰ ਫੇਰ ਮਜ਼ਦੂਰਾਂ ਨੇ ਘਰਾਂ ਵੱਲੋਂ ਚਾਲੇ ਪਾਲੇ ਆ ਹਾਲਾਤ ਆਪਾਂ ਦੇਖਿਆ ਬੰਬਈ ਦੇ ਰੇਲਵੇ ਸਟੇਸ਼ਨ ਤੇ ਵੀ ਦਿੱਲੀ ਦੇ ਵੀ ਅ ਲੱਗਦਾ ਸਥਿਤੀ ਖਰਾਬ ਹੋ ਰਹੀ ਆ ਆਉਣ ਵਾਲੇ ਸਮੇਂ ਦੇ ਵਿੱਚ ਤੇ ਦੂਸਰੇ ਪਾਸੇ ਵੈਕਸੀਨ ਅਜੇ ਤੱਕ ਮਿਲ ਨਹੀਂ ਰਹੀ ਵੈਕਸੀਨ ਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਚਰਚਾਵਾਂ ਛੜੀਆਂ ਪਈਆਂ ਵੈਕਸੀਨ ਵੱਲੋਂ ਤੇ ਕਮਾਲ ਹੋਈ ਪਈ ਆ ਜੀ ਸਾਡੀ ਪੰਜਾਬ ਦੀ ਸਰਕਾਰ ਨੇ ਕਹਿ ਦਿੱਤਾ ਕਿ ਪਹਿਲੀ ਮਈ ਤੋਂ ਬਾਅਦ ਜਿਹੜਾ 16 ਸਾਲ ਤੱਕ ਉਮਰ ਵਾਲੇ ਆ ਉਹਨਾਂ ਸਰਣਵਾਦਣੀਆਂ 16 ਤੋਂ ਉੱਪਰ ਵਾਲਾਂ ਨੂੰ ਨਾਲ ਹੀ ਇਹ ਖਬਰ ਆ ਗਈ ਆ ਕਿ ਵੈਕਸੀਨ ਤਾਂ ਪੰਜਾਬ 'ਚ ਮੁੱਕ ਗਈ ਆ ਦੋਹਾਂ ਤਰ੍ਹਾਂ ਜੋਗੀ ਆ ਹੂੰ ਤੇ ਫਿਰ ਲਾਉਣੀ ਕਿੱਥੋਂ ਲਿਆਉਣੀ ਕਿੱਥੋਂ ਬਿਲਕੁਲ ਹੁਣ ਪਤਾ ਲੱਗਾ ਕਿ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਆਖਿਆ ਕਿ ਅਸੀਂ ਆਕਸੀਨ ਦਾ ਪਲਾਂਟ ਲਾਉਣਾ ਚਾਹੁੰਦੇ ਆ ਦੋ ਪਲਾਂਟ ਲਾਉਣ ਵਾਸਤੇ ਸਾਨੂੰ ਆਗਿਆ ਦਿੱਤੀ ਜਾਵੇ ਕੋਈ ਪੁਰਾਣੇ ਬਾਬੇ ਕਹਿੰਦੇ ਹੁੰਦੇ ਸੀ ਅੱਗ ਲੱਗੀ ਤਾਂ ਖੂਨ ਹੀ ਪੁੱਟੀ ਦੇ ਜੀ ਜਦੋਂ ਪਿਛਲੇ ਸਾਲ ਪਤਾ ਲੱਗ ਗਿਆ ਸੀ ਕਿ ਕੀ ਮੁਸੀਬਤ ਆ ਰਹੀ ਹੈ ਆ ਸਵਾ ਸਾਲ ਇਸ ਗੱਲ ਦੇ ਉੱਤੇ ਕਾਹਨੂੰ ਘਵਾਤਾ ਬਿਲਕੁਲ ਜਿਹੜੇ ਵੱਡੇ ਵੱਡੇ ਅਫਸਰ ਇੱਥੇ ਬੈਠੇ ਨੇ ਸਰਕਾਰ ਦੇ ਵਿੱਚ ਜਿਨ੍ਹਾਂ ਦੇ ਕੋਲ ਸਿੱਧਾ ਵਿਭਾਗ ਮੰਤਰੀ ਸੀ ਜਿਨ੍ਹਾਂ ਦੇ ਕੋਲ ਇਹੋ ਜਿਹੇ ਹੋਰ ਬੈਕਪਸ ਸੀ ਇੰਡਸਟਰੀ ਦੇ ਆ ਜਿੰਨੀਆਂ ਇੱਥੇ ਸ਼ਰਾਬ ਦੀਆਂ ਫੈਕਟਰੀਆਂ ਉਹਨਾਂ ਨੇ ਸ਼ਰਾਬ ਬਣਾਉਣੀ ਛੱਡ ਕੇ ਸੈਨੀਟਾਈਜ਼ਰ ਬਣਾਉਣਾ ਸ਼ੁਰੂ ਕਰ ਦਿੱਤੇ ਸਨ ਜੀ ਉਹਕਰਨ ਨੂੰ ਪਤਾ ਸੀ ਇਹ ਚੋ ਕਮਾਈ ਹੁੰਦੀ ਹੈ ਉਹਨਾਂ फटाफट ਕਨਵਰਟ ਕਰ ਲਿਆ ਤੇ ਜਿਹੜੇ ਸਰਕਾਰ ਵਿੱਚ ਬੈਠੇ ਅਫਸਰ ਐ ਉਹਨਾਂ ਨੂੰ ਕਿਸੇ ਨੂੰ ਇਹ ਕਿਉਂ ਨਾ ਸੋਚਿਆ ਕਿ ਆਕਸੀਜਨ ਦੀ ਲੋੜ ਪੈਣੀ ਐ ਤੇ ਅਸੀਂ ਆਕਸੀਜਨ ਦਾ ਪਲਾਂਟ ਲਈਏ ਉਦੋਂ ਕਿਉਂ ਨਹੀਂ ਕਹਿੰਦਾ ਸਰਕਾਰ ਦਾ ਲਾਹੌਰ ਜੀ ਉਦੋਂ ਤਾਂ ਕੋਸ਼ਿਸ਼ ਕੀਤੀ ਹੁੰਦੀ ਹੁੰਦੀ ਹੁਣ ਕਿਤੇ ਪਲਾਂਟ ਵੀ ਲੱਗ ਜਾਂਦਾ ਹੁਣ ਕੇਂਦਰ ਸਰਕਾਰ ਕੋਲ ਜਾਣਗੇ ਉੱਥੇ ਵੀ ਇਦਾਂ ਦੇ ਬਾਬੂ ਬੈਠੇ ਨੇ ਉਹ ਫਾਈਲ ਲੈ ਕੇ ਤੁਰੇ ਫਿਰਨਗੇ ਇੱਕ ਦੂਸਰੇ ਨੂੰ ਧੱਕੀ ਜਾਣਗੇ ਕਿਉਂਕਿ ਇਹਨਾਂ ਫਾਈਲਾਂ ਚੋਂ ਨਿਕਲਦਾ ਕੁਝ ਨਹੀਂ ਸਰਕਾਰ ਤੋਂ ਸਰਕਾਰ ਤੱਕ ਦੀ ਫਾਈਲ ਐ ਜੇ ਕਿਸੇ ਪ੍ਰਾਈਵੇਟ ਕਾਰਖਾਨੇ ਦਾ ਹੀ ਹੁੰਦੀ ਤੇ ਦੋ ਦਰਾਂ ਦੇ ਵਿੱਚ ਲਿਆ ਦੇ ਕਰਕੇ ਕਢਾ ਲਿਓ ਦਾ ਜਿਹੜੀ ਸਰਕਾਰ ਤੋਂ ਸਰਕਾਰ ਤੱਕ ਦੀ ਫਾਈਲ ਆ ਉਹ ਤੇ ਕੋਈ ਉੱਥੇ ਦਸਤਕਤ ਕਰਨ ਨੂੰ ਤਿਆਰ ਨਹੀਂ ਕਿਉਂਕਿ ਵਾਧੂ ਦਾ ਕੰਮ ਹੈ ਬੇਲੋੜੀ ਵਿਗਾਰ ਕੀ ਕਰੀਏ ਉਹਨੂੰ ਵਿਗਾਰ ਸਭ ਦੇ ਇਹਦੇ 'ਚ ਕਰਦਿਆਂ ਕਰਾਉਂਦਿਆਂ ਜੇ 4 ਮਹੀਨਾ ਇਹ ਨਾਲ ਲਾਤੇ ਮੁੜ ਕੇ ਪਲਾਂਟ ਲੱਗਦਾ ਸਾਲ ਲੰਘ ਗਿਆ ਤੇ ਇਦੋਂ ਪੁੱਛੋ ਤੰਬਾ ਫੂਕਣਾ ਫਾਇਦਾ ਕੀ ਹੋਊਗਾ ਦਾ ਇਹ ਕੰਮ ਪਿਛਲੇ ਸਾਲ ਤੋਂ ਕਰਨਾ ਚਾਹੀਦਾ ਸੀ ਹੁਣ ਜਦੋਂ ਸਾਰੇ ਦੇਸ਼ ਦੇ ਵਿੱਚ ਆਕਸੀਜਨ ਦੀ ਘਾਟ ਆ ਤੇ ਪੰਜਾਬ ਸਰਕਾਰ ਨੂੰ ਚੇਤਾ ਆ ਗਿਆ ਆਕਸੀਜਨ ਦੇ ਪਲਾਂਟ ਲਾਉਣਾ ਚਾਹੀਦਾ ਤੇ ਦੂਸਰਾ ਇਹ ਕਿ ਜਿਹੜੀ ਗੱਲ ਤੁਸੀਂ ਪਹਿਲਾਂ ਪੁੱਛੀ ਆ ਕਿ ਕੋਰੋਨਾ ਵਾਇਰਸ ਦੀ ਪ੍ਰੋਬਲਮ ਵੱਧਦੀ ਵੇਖ ਕੇ ਮਜ਼ਦੂਰਾ ਨੇ ਘਰਾਂ ਨੂੰ ਫਿਰ ਜਾਣਾ ਸ਼ੁਰੂ ਕਰਤਾ ਜੀ ਉਹ ਦੇਖੋ ਮਜ਼ਦੂਰਾ ਨੇ ਜੋ ਪਿਛਲੇ ਸਾਲ ਭੁਗਤਿਆ 12 12 14 1401 ਪਰਿਵਾਰ 2000 ਕਿਲੋਮੀਟਰ ਚੱਲ ਕੇ ਗਿਆ ਜੀ ਬਿਲਕੁਲ ਕਈ ਰਾਹਾਂ 'ਚ ਮਰੇ ਆ ਅੱਗੋਂ ਜਿਹੜੇ ਰਾਜਾਂ ਤੋਂ ਆਏ ਸੀ ਜੇ ਇੱਥੇ ਜਰਜ ਨਹੀਂ ਗੱਲ ਹੋ ਜੇ ਤੇ ਉੱਥੇ ਦੰਗੇ ਹੋਣ ਲੱਗ ਪੈਂਦੇ ਆ ਕਿ ਸਾਡੇ ਉੱਥੇ ਗਏ ਸੀ ਤੇ ਉਹਨਾਂ ਦੇ ਨਾਲ ਹਸਨਾ ਹੋਇਆ ਪਰ ਜਦੋਂ ਵਾਪਸ ਗਏ ਯੂਪੀ ਵਾਲਿਆਂ ਨੇ ਵੀ ਬਿਹਾਰ ਵਾਲਿਆਂ ਨੇ ਵੀ ਆਪਣੇ ਬਾਰਡਰ ਤੇ ਰੋਕਣੇ ਸ਼ੁਰੂ ਕਰਤੇ ਕਿ ਬਾਹਰੋਂ ਆਇਆ ਤੇ ਬਿਮਾਰੀ ਪੰਡਾ ਚੁੱਕ ਲਿਆ ਨੇ ਜੀ ਆਪਣੇ ਘਰਦਿਆਂ ਨੂੰ ਆਪਣੇ ਰਾਜ ਵਿੱਚ ਨਹੀਂ ਸੀ ਵੜਨ ਦਿੱਤਾ ਔਰ ਕਈ ਕਦੇ ਨੂੰ ਬਾਰਡਰਾਂ ਉੱਤੇ ਬੈਠੇ ਉੱਥੇ ਬੜੇ ਔਖੇ ਰੋਟੀ ਵੀ ਪੂਰੀ ਨਹੀਂ ਸੀ ਮਿਲਦੀ ਜਿੰਨੀ ਇੱਕ ਟਾਈਮ ਮਿਲਦੀ ਸੀ ਬਾੜੀ-ਬੋਟੀ ਖਾ ਕੇ ਉੱਥੇ ਡਿੱਗ ਪੈਂਦੇ ਸੀ ਕੀ ਕਰੀ ਲੋਕੀ ਉੱਥੇ ਵੀ ਮਰੇ ਨੇ ਇੰਨਾ ਕੁਝ ਹੁੰਦਾ ਰਿਹਾ ਅੱਜ ਉਹਨਾਂ ਨੂੰ ਪਤਾ ਆ ਕਿ ਅਜੇ ਹਾਲਾਤ ਇੰਨੇ ਤੰਗੀ ਵਾਲੇ ਨਹੀਂ ਆਏ ਅਸੀਂ ਤੁਰਪੀਏ 10-15 ਦਿਨਾਂ ਚ ਹੋ ਸਕਦਾ ਜਦ ਤੱਕ ਜਿਆਦਾ ਤੰਗੀ ਆਉਣੀ ਅਸੀਂ ਪਿੰਡ ਪਹੁੰਚ ਜਾਵਾਂਗੇ ਜੀ ਪਿੰਡ ਗਏ ਹੋਵਾਂਗੇ ਉਥੋਂ ਆੜਗਵਾੜ ਤੋਂ ਕਿਸੇ ਤੋਂ ਕੋਈ ਥੋੜਾ ਬਹੁਤ ਧਾਰ ਲੈ ਕੇ ਖਾਰਾਂਗੇ ਇੱਥੇ ਜਿੱਥੇ ਬੈਠਿਆ ਨਾ ਤਾਂ ਫੈਕਟਰੀ ਵਾਲਾ ਐਡਵਾਂਸ ਤਨ ਖਾ ਦੇਣੀ ਆ ਨਾ ਦੁਕਾਨਦਾਰ ਧਾਰ ਦਿੰਦਾ ਕੀ ਕਰਨਗੇ ਉਹਦਾ ਕਰਕੇ ਲੋਕ ਐਸ ਵਾਰੀ ਜਿਹੜਾ ਅਗੇ ਤੇ ਤੁਰ ਪਿਆ ਸਾਰੇ ਸ਼ਹਿਰਾਂ ਦੇ ਵਿੱਚ ਰੇਲਵੇ ਸਟੇਸ਼ਨਾਂ ਤੇ ਬੱਸ ਛੜਿਆਂ ਦੇ ਉੱਤੇ ਬਹੁਤ ਰਸਿਆ ਹੈ ਬੜੇ ਪਰ ਇਹਨੂੰ ਕੰਟਰੋਲ ਕਰਨ ਵਾਲਾ ਕੋਈ ਨਹੀਂ ਸਰਕਾਰਾਂ ਦਾ ਧਿਆਨ ਹੋਰ ਪਾਸੇ ਹੈ ਜੀ ਪਰ ਸਾਹਿਬ ਇਹ ਖਬਰ ਬੜੀ ਚਰਚਿਤ ਅਤੇ ਹੈਰਾਨ ਕਰਨ ਵਾਲੀ ਵੀ ਹੈ ਭਾਜਪਾ ਦੇ ਕਈ ਬੰਦੇ ਅਜਿਹੇ ਆ ਜਿਹੜੇ ਪੁੱਠੇ ਸਿੱਧੇ ਪਹਿਲਾਂ ਬਿਆਨ ਦਿੰਦੇ ਰਹਿੰਦੇ ਆ ਹੁਣ ਜਿਹੜੀ ਵੈਨ ਦੇ ਵਿੱਚ ਮਰਦਿਆਂ ਨੂੰ ਲੈ ਕੇ ਜਾਇਆ ਜਾਂਦਾ ਉਹਦੇ ਨਾਲ ਭਾਜਪਾ ਦੇ ਕੁਝ ਲੀਡਰਾਂ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਐ ਇਹ ਬਹੁਤ ਹੈਰਾਨੀਜਨਕ ਮਾਮਲਾ ਹੈ ਹੈਰਾਨੀਜਨਕ ਨਹੀਂ ਇਹ ਬਹੁਤ ਸ਼ਰਮਨਾਕ ਮਾਮਲਾ ਜੀ ਮੱਧ ਪ੍ਰਦੇਸ਼ ਦੇ ਵਿੱਚ ਵੀ ਕਰੋਨਾ ਵਾਇਰਸ ਦੀ ਬਿਮਾਰੀ ਬਹੁਤ ਫੈਲੀ ਆ ਹਮ ਅਜੇ ਪਰਸੋ ਚੌਥ ਖਬਰ ਆਈ ਸੀ ਕਿ ਜਿੰਨੇ ਕਰੋਨਾ ਦੇ ਮਰੀਜ਼ ਮਰੇ ਦੱਸਦੀ ਮੱਧ ਪ੍ਰਦੇਸ਼ ਦੀ ਸਰਕਾਰ ਉਹਦੇ ਨਾਲੋਂ ਕਈ ਗੁਣਾ ਵੱਧ ਸ਼ਮਸ਼ਾਨ ਘਾਟ ਚੋਂ ਪਤਾ ਲੱਗਦਾ ਕਿ ਮਰ ਗਏ ਨੇ ਜੀ ਹੁਣ ਨਵੀਂ ਖਬਰ ਆ ਗਈ ਆ ਕਿ ਲਾਸ਼ਾਂ ਨੂੰ ਢੋਣ ਵਾਸਤੇ ਨਵੀਆਂ ਗੱਡੀਆਂ ਮੰਗਾਇਆ ਗਿਆ ਹੈ ਡੇਡ ਬਾਡੀ ਵੈਨ ਜਿਹੜੀ লাশ ਵਾਲੀ ਗੱਡੀ ਹੁੰਦੀ ਹੈ ਅੱਜ ਕੱਲ ਸਾਰੇ ਸ਼ਹਿਰਾਂ ਚ ਚੱਲਦੀ ਆ ਉਹੜੀ লাশ ਵਾਲੀਆਂ ਗੱਡੀਆਂ ਮੰਗਵਾਈਆਂ ਗਈਆਂ ਨੇ ਉਹ 6 ਗੱਡੀਆਂ ਇੱਕ ਥਾਂ ਤੇ ਖੜੀਆਂ ਉਹਦੇ ਚ ਲਾਸ਼ਾਂ ਪਈਆਂ ਨੇ ਲਾਸ਼ਾਂ ਸ਼ਮਸ਼ਾਨ ਘਟੋਂ ਨਹੀਂ ਜਾਣ ਦਿੱਤੀਆਂ ਕਹਿੰਦੇ ਜੀ ਸ਼ਹਿਰ ਦੇ ਸਾਬਕਾ ਮੇਅਰ ਸਾਹਿਬ ਆ ਰਹੇ ਆ ਲੋਕ ਸ਼ਰਮਾ ਉਹ ਆਉਣਗੇ ਤੇ ਇਸ ਇਹਨਾਂ ਗੱਡੀਆਂ ਦਾ ਉਦਘਾਟਨ ਕਰਨਗੇ ਗੱਡੀਆਂ ਦਾ ਉਦਘਾਟਨ ਉਹਨੇ ਵਿੱਚ ਪੈ ਕੇ ਕਰਨਾ ਸੀ ਉਹਨੇ ਆਖਿਆ ਜੀ ਮੈਂ ਉਦਘਾਟਨ ਕਰੂੰਗਾ ਉਹ ਆਇਆ ਉਹਨਾਂ 6 ਗੱਡੀਆਂ ਚ ਲਾਸ਼ਾਂ ਪਈਆਂ ਨੇ सियादे ड्राइवर ਆਪਣੇ ਕੋਲ ਖੜੇ ਕਰਕੇ ਬਕਾਇਦਾ ਵੀਡੀਓ ਬਣਾ ਕੇ ਫੋਟੋ ਖਿਚਾ ਕੇ ਫਿਰ ਉਦਘਾਟਨ ਕੀਤਾ ਗਿਆ। ਇਹ ਲਾਸ਼ਾਂ ਦੇ ਉੱਤੇ ਵੀ ਰਾਜਨੀਤੀ ਹੋ ਰਹੀ ਹੈ। ਇਹ ਤਾਂ ਥੋੜੇ ਦਿਨ ਪਹਿਲਾਂ ਜੇ ਮੱਧ ਪ੍ਰਦੇਸ਼ ਦੇ ਵਿੱਚ ਇਹ ਖਬਰ ਆਈ ਸੀ ਕਿ ਉੱਥੇ ਜਿਹੜੀ ਆਕਸੀਜਨ ਦੀ ਸਪਲਾਈ ਹੈ ਜੀ ਹਸਪਤਾਲਾਂ ਦੇ ਵਿੱਚ ਮਰੀਜ਼ ਦੇਖਦੇ ਆ ਕਿ ਆਕਸੀਜਨ ਆਵੇ ਕਿਤੇ ਬੰਦਾ ਨਾ ਮਰ ਜਾਂਦਾ ਹੋਣ ਚਿਰ ਨੂੰ। ਤੇ ਸਿਲੰਡਰ ਜਿਹੜੇ ਉਹਨਾਂ ਟੈਂਕਰ ਸੀ ਆਕਸੀਜਨ ਵਾਲੇ ਉਹ ਰਾਹ 'ਚ ਰੋਕ ਕੇ ਤੇ ਭਾਜਪਾ ਦੇ ਲੀਡਰਾਂ ਨੇ ਉਹਨਾਂ ਦੇ ਨਾਲ ਫੋਟੋ ਖਿਚਾਈਆਂ ਸੀ ਤਾਂ ਕਿ ਇਹ ਦੱਸ ਸਕੀਏ ਕਿ ਅਸੀਂ ਲੋਕਾਂ ਵਾਸਤੇ ਆਕਸੀਜਨ ਮੰਗਾਤੀ ਆਕਸੀਜਨ ਤੋਂ ਬਗੈਰ ਮਰੀਜ਼ ਮਰਦੇ ਪਰ ਤੁਸੀਂ ਰਾਹ ਰੋਕ ਕੇ ਉਹਨਾਂ ਦੀ ਫੋਟੋ ਖਿਚਾਉਂਦੇ ਪਏ ਇਹ ਬਹੁਤ ਚੰਦਰਾ ਰਿਵਾਜ ਅਜੇ ਕਰ ਪੈ ਗਿਆ ਸੈਲਫੀ ਦਾ ਵੀ ਤੇ ਫੋਟੋ ਦਾ ਵੀ ਇਹ ਰਿਵਾਜ ਕੱਲ ਨੂੰ ਇਹ ਹੋ ਸਕਦਾ ਜੇ ਉੱਥੇ ਮੱਧ ਪ੍ਰਦੇਸ਼ 'ਚ ਨਾ ਰੁਕਿਆ ਜਾਵੇ ਉੱਥੇ ਕਿਸੇ ਨੂੰ ਜੇ ਸ਼ਰਮ ਨਾ ਆਵੇ ਤੇ ਕੱਲ ਨੂੰ ਇਹ ਪੰਜਾਬ 'ਚ ਵੀ ਆ ਸਕਦਾ ਇੱਥੇ ਉਹਨਾਂ ਦਾ ਵੀ ਫੋਟੋ ਖਿਚਾਉਣ ਦੀ ਜਿੱਤੇ ਕਰਦਾ ਅਸੀਂ ਬੜੇ ਲੋਥਾਵਾਂ ਤੇ ਵੇਖਿਆ ਇੱਥੇ ਐਕਸੀਡੈਂਟ ਹੋ ਜਾਵੇ ਬੰਦਾ ਮਰਰਾਉ ਪਿਆ ਹੋਵੇ ਸਟਾਂ ਲੱਗੀਆਂ ਹੋਣ ਉਹਨੂੰ ਚੁੱਕਦੇ ਨਹੀਂ ਲੋਕ ਉਹਦੇ ਕੋਲ ਖਲੋ ਕੇ ਤੇ ਆ ਕਰ ਕਰ ਕੇ ਸੈਲਫੀ ਲੈ ਜਾਂਦੇ ਆ ਸੈਲਫੀ ਲੈਣ ਦਾ ਰਵਾਜ ਇੱ ਜਿਹੜਾ ਸੈਲਫੀਆਂ ਲੈਣ ਦਾ ਇੱਥੇ ਰਵਾਜ ਪੈ ਗਿਆ ਕੱਲ ਨੂੰ ਕਰੋਨਾ ਦੇ ਵਾਇਰਸ ਦੇ ਮਰੀਜ਼ਾਂ ਬਾਰੇ ਵੀ ਇਹੋ ਜ ਆ ਥੋੜੇ ਦਿਨ ਪਹਿਲਾਂ ਇੱਕ ਖਬਰ ਆਈ ਸੀ ਕਿ ਇੱਕ ਨਰਸ ਨੇ ਤੇ ਡਾਕਟਰ ਨੇ ਇੱਕ ਕਰੋਨਾ ਵਾਇਰਸ ਦੇ ਮਰੀਜ਼ ਦੇ ਕੋਲ ਖਲੋ ਕੇ ਫੋਟੋ ਖਚਾਈ ਇਸ ਤਰ੍ਹਾਂ ਦੀਆਂ ਨਹੀਂ ਗੱਲਾਂ ਨੇ ਇਹ ਰੋਕਣੀਆਂ ਚਾਹੀਦੀਆਂ ਇਹ ਅਸੂਲੀ ਤੌਰ ਤੇ ਵੀ ਗਲਤ ਹੈ ਮਨੁੱਖੀ ਤੌਰ ਤੇ ਵੀ ਗਲਤ ਹੈ ਕਾਨੂੰਨੀ ਤੌਰ ਤੇ ਵੀ ਗਲਤ ਹੋਣੀ ਚਾਹੀਦੀ ਜੀ ਬਿਲਕੁਲ ਇਹ ਗਲਤ ਹੋਰ ਇਹ ਸਾਰੀਆਂ ਚੀਜ਼ਾਂ ਰੁਕਣੀਆਂ ਚਾਹੀਦੀਆਂ ਬਹੁਤ ਸਾਰੇ ਲੋਕ ਚਾਹੇ ਹੁੰਦੇ ਜੋ ਸੈਲਫੀ ਲੈ ਕੇ ਨਾਲ ਹੀ ਅਪਲੋਡ ਕਰਨ ਦੀ ਕੋਸ਼ਿਸ਼ ਕਰਦੇ ਕਈ ਕਾਰ ਵੀ ਦਿੰਦੇ ਆ ਤੇ ਫਿਰ ਬਾਅਦ ਦੇ ਵਿੱਚ ਉਹਨਾਂ ਦੇ ਉੱਪਰ ਕਈ ਕਨਸਾ ਬਹੁਤ ਬਹੁਤ ਧੰਨਵਾਦ ਗੱਲਾਂ ਚਰਚਾ ਕਰਨ ਲਈ। ਸੋ ਆਈ ਦੇਸ ਪ੍ਰੋਗਰਾਮ ਨੂੰ ਹੁਣ ਇੱਥੇ ਸਮਾਪਤ ਕਰਦੇ ਹਾਂ। ਮੈਨੂੰ ਨਵਜੀਤ ਨੂੰ ਦੇਉ ਇਜਾਜ਼ਤ ਦੇਖਦੇ ਰਹੋ ਪ੍ਰਾਈਮੇਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ